ਬਾਬੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਡਿਸਕ੍ਰਿਪਸ਼ਨ ਚ ਦੋ ਲਿੰਕ ਦਿੱਤੇ ਹੋਏ, ਇੱਕ ਸਿਮਰ ਗੇਮਿੰਗ ਕਹੀ ਨਾ ਸਿਮਰ ਗੇਮਿੰਗ ਤੇ ਇੱਕ ਐਸ ਪੀ ਦਾ ਚੈਨਲ, ਤੇ ਦੋਨਾਂ ਚੈਨਲਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ, ਸਪੋਰਟ ਕਰਨੀ ਹੈ। ਸਿਮਰ ਗੇਮਿੰਗ ਦੇ ਤੁਸੀਂ 1000 ਸਬਸਕ੍ਰਾਈਬਰ ਪੂਰੇ ਤੇ ਤੁਸੀਂ ਹੁਣ ਕਰ ਹੀ ਦੇਣੇ ਆ ਵਲੌਗ ਤੋਂ ਬਾਅਦ, ਸੋ ਵੱਧ ਤੋਂ ਵੱਧ ਜਿੰਨੇ ਸਬਸਕ੍ਰਾਈਬਰ ਕਰੋ ਤੁਸੀਂ ਉਨੇ ਥੋੜ੍ਹੇ, ਸੋ ਭਾਈ ਉਹਨਾਂ ਦੇ ਚੈਨਲ ਨੂੰ ਸਪੋਰਟ ਕਰੋ ਤੇ ਐਸ ਪੀ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਕਾਲਾ ਇਲਮ ਗਾਣਾ ਰਿਲੀਜ਼ ਕਰਨਾ ਜਦੋਂ 10,000 ਸਬਸਕ੍ਰਾਈਬਰ ਪੂਰੇ ਹੋ ਗਏ ਐਸ ਪੀ ਦੇ, ਉਦਣ ਹੀ ਰਿਲੀਜ਼ ਕਰ ਦੇਣਾ। ਉਦੋਂ ਤੱਕ ਤੁਸੀਂ ਜਿਹੜਾ ਵਲੌਗ ਉਹਦੇ ਚੈਨਲ ਤੇ ਪਾਇਆ ਹੋਇਆ ਆਪਾਂ ਫਰੈਂਡਸ਼ਿਪ ਵਲੌਗ, ਉਹਨੂੰ ਵਿਊ ਦਿਓ ਕਿ ਚੈਨਲ ਮੋਨੀਟਾਈਜ਼ ਹੋ ਜਾਵੇ ਛੇਤੀ ਛੇਤੀ। ਘੱਟੋ ਘੱਟ ਉਹਨੂੰ 50,000 ਵਿਊ ਕਰਾ ਦਿਓ ਉਸ ਵਲੌਗ ਨੂੰ, ਨਾਲ ਹੀ ਚੈਨਲ ਮੋਨੀਟਾਈਜ਼ ਹੋ ਜਾਣਾ ਵਾ ਤੇ ਨਾਲ ਹੀ ਆਪਾਂ 10,000 ਸਬਸਕ੍ਰਾਈਬਰ ਤੇ ਕਾਲਾ ਇਲਮ ਗਾਣਾ ਛੱਡ ਦੇਣਾ ਵਾ। ਸੋ ਸਾਰੇ ਜਣੇ ਡਿਸਕ੍ਰਿਪਸ਼ਨ 'ਚ ਲਿੰਕ ਦਿੱਤੇ, ਦੋਨੋਂ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰੋ, ਉਹਨਾਂ ਦੀਆਂ ਐਸ ਪੀ ਦੇ ਚੈਨਲ 'ਤੇ ਵਲੌਗ ਦੇਖੋ ਅਤੇ ਭਾਈ ਵਾਲੇ ਚੈਨਲ 'ਤੇ ਗੇਮਿੰਗ ਦੇਖੋ। ਹੁਣ ਦੇਖੋ ਆਪਣਾ ਵਲੌਗ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਦੇ ਵਿੱਚ, ਜਿਹਦਾ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਵਲੌਗ ਦੀ ਗਾਤੀ ਆਪਾਂ ਸਟਾਰਟਿੰਗ ਤੋਂ, ਹੁਣ ਆਪਾਂ ਚੱਲੇ ਹਾਂ ਗੇਮ ਖੇਡਣ। ਬੜੇ ਚਿਰ ਦਾ ਕਮੈਂਟ ਵੀ ਆਉਣ ਡੇ ਸੀਗੇ ਕਿ ਹਾਂ ਵੀ ਤੁਸੀਂ ਗੇਮ ਵਾਲਾ ਗੇਮ ਪਲੇ ਕਰੀ, ਫਿਰ ਕਰਕੇ ਆਓ। ਹੁਣ ਚੱਲੇ ਉੱਥੇ ਵਲੌਗ ਦੀ ਗੱਲ ਸਟਾਰਟਿੰਗ, ਚਲੋ ਮਿਲਦੇ ਹਾਂ। ਬਾਕੀ ਫਿਰ ਇਸ ਵਲੌਗ ਦੇ ਵਿੱਚ ਆਪਾਂ ਟੈਟੂ ਰਿਐਕਸ਼ਨ ਵੀ ਦਿਖਾਵਾਂਗੇ, ਪਰ ਬਾਅਦ 'ਚ। ਸੋ ਚਲੋ ਮਿਲਦੇ ਤੁਹਾਨੂੰ, ਚੱਲ ਚੱਲੀਏ। ਪਹੁੰਚ ਗਏ ਆਪਾਂ ਡੇ ਦ ਵਨ ਐਂਡ ਓਨਲੀ ਮਿਸਟਰ ਸਿਮਰ ਗੇਮਿੰਗ ਸਿਮਰਪਾਲ ਸਿੰਘ, ਨਹੀਂ ਸਿਮਰਪ੍ਰੀਤ ਸਿੰਘ ਸੰਧੂ, ਸਿਮਰਪ੍ਰੀਤ ਸਿੰਘ ਸੰਧੂ। ਨਵੀਂ ਜੋ ਅਪਡੇਸ਼ਨ ਕੀਤੀ ਥੋੜ੍ਹੀ, ਇੱਕ ਵੱਡਾ ਬਲਬ ਲਾਇਆ ਲਾਈਟਿੰਗ ਵਾਸਤੇ, ਇੱਕ ਹੁਣ 10,000 ਰੁਪਇਆ ਪਰ ਮਹੀਨਾ ਵਾਈ ਫਾਈ ਲਵਾ ਲਿਆ ਭਾਜੀ ਹੋਣਾਂ ਨੇ, ਜੀਓ ਫਾਈਬਰ ਦਾ, ਜੀਓ ਫਾਈਬਰ ਦਾ ਮੇਰੇ ਵੀਰ, ਕਿਉਂਕਿ ਗੇਮਿੰਗ ਵੀ ਕਰਨੀ ਨਾਲ ਇੰਨਾ ਮਹਿੰਗਾ 2-4 ਲੱਖ ਦਾ ਸੈਟਅਪ ਆ। ਸੋ ਇਹਨੂੰ ਸਾਂਭਣਾ, ਫਿਰ ਅਪਲੋਡ ਕਰਨੀ ਵੀਡੀਓ, ਕਿ ਵੀਡੀਓ ਵੱਡੀ ਹੋ ਜਾਂਦੀ ਹੈ, ਸਕਰੀਨਾਂ 2 ਹੁੰਦੀਆਂ। ਸੋ ਉਹਦੇ ਵਾਸਤੇ ਆਪਾਂ ਨੂੰ 10,000 ਪਰ ਮੰਥ ਵਾਈ ਫਾਈ ਜੀਓ ਫਾਈਬਰ ਚਾਹੀਦਾ ਸੀ। ਸੋ ਨੈੱਟ ਪਲੱਸ ਦਾ ਕਟਾ ਕੇ ਹੁਣ ਉਹ ਲਾਇਆ, ਉੱਦਾਂ ਵੀ ਨੈੱਟ ਪਲੱਸ ਦਾ ਆਪਣੇ ਜਲੰਧਰ ਬੰਦ ਹੋ ਗਿਆ, ਤਾਰਾਂ ਤੂਰਾਂ ਟੁੱਟ ਗਈਆਂ ਉਹਨਾਂ ਦੀਆਂ, ਕੁੜੀ ਆ ਉੱਦਾਂ ਵੀ ਨਹੀਂ ਚੱਲਦਾ ਹੁਣ, ਉੱਦਾਂ ਹੀ ਬੰਦ ਹੋ ਗਿਆ ਜਿੰਨਾ ਕੁ ਚੱਲਦਾ ਸੀਗਾ, ਹੁਣ ਜੀਓ ਹੀ ਲਵਾਉਣਾ ਪੈਣਾ। ਸੋ ਬਾਕੀ ਸੈਟਅਪ ਤੁਹਾਨੂੰ ਦੱਸਿਆ, ਆਪਾਂ ਇੱਕ ਵਾਰੀ ਫੇਰ ਐਕਸਪਲੇਨ ਕਰਾਂਗੇ, ਹਜੇ ਥੋੜ੍ਹਾ ਫੋਮ 'ਚ ਆਉਣ ਡੇ ਬੰਦੇ, ਗਰਮ ਹੋ ਰਹੇ ਆ ਹਜੇ, ਸੈਟਅਪ ਕਰਨ ਡੇ, ਓਕੇ ਹੋ ਰਹੀਆਂ, ਵਲੌਗ ਅਪਲੋਡ ਹੋਣ ਡੇ ਹਜੇ। ਮੈਂ ਡਿਸਕ੍ਰਿਪਸ਼ਨ 'ਚ ਨਾ ਭਾਈ ਉਹਨਾਂ ਦੇ ਚੈਨਲ ਦਾ ਲਿੰਕ ਦਿੱਤਾ, ਤੁਸੀਂ ਸਾਰੇ ਜਣਿਆਂ ਨੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਵਾ ਕਿ 1000K ਸਬਸਕ੍ਰਾਈਬਰ ਤਾਂ ਚਲੋ ਉਹ ਤਾਂ ਹੋਣੇ ਹੀ ਹੋਣੇ ਆ, ਹੁਣ ਵੱਧ ਤੋਂ ਵੱਧ ਵੱਧ ਚੜ ਕੇ ਜਿੰਨੇ ਜ਼ਿਆਦਾ ਹੋਣਗੇ ਸਬਸਕ੍ਰਾਈਬਰ ਹੋਣ ਕਿ ਭਾਈ ਹੋਣੀ ਆਪਣਾ ਪੂਰਾ, ਭਾਈ ਸ਼ੌਂਕ ਨਾ ਕਰਨ ਡੇ ਕੰਮ, ਵੈਸੇ ਉੱਦਾਂ ਭਾਈ ਕਰਦੇ ਨਹੀਂ ਹੈਗੇ, ਬਸ ਭਾਈ ਸ਼ੌਂਕ ਆ ਕਿ ਮੈਂ ਗੇਮ ਖੇਡਣੀ ਆ, ਤਾਂ ਇੱਦਾਂ ਭਾਈ ਕੀ ਮਤਲਬ ਤੁਹਾਡਾ, ਕਿੰਨੇ ਚਿਰ ਦਾ ਸ਼ੌਂਕ ਤੁਹਾਡਾ ਵਾਲਾ? ਮੈਂ ਬਚਪਨ ਦਾ ਹੀ ਸ਼ੌਂਕ ਹੈ ਜੀ ਮੇਰਾ ਇਹ, ਨਿੱਕੇ ਹੁੰਦੇ ਤੋਂ ਹੀ, ਨਿੱਕੇ ਹੁੰਦੇ ਤੋਂ ਭਾਈ, ਜਦੋਂ ਮੈਂ ਛੋਟਾ ਹੁੰਦਾ ਸੀ ਮੋਟੀਆਂ ਗੱਡੀਆਂ ਗੁੱਡੀਆਂ ਆਉਂਦੀਆਂ ਹੁੰਦੀਆਂ ਤੈਨੂੰ ਮੋਟਰ ਲੀਆਂ, ਤਾਰਾਂ ਵਾਲੀਆਂ, ਜੀਸੀਬੀਆਂ, ਉਹਦਾ ਤੁਹਾਨੂੰ ਸ਼ੌਂਕ ਹੈ ਨਾ ਭਾਈ? ਤੇ ਫਿਰ 3-4 ਲੱਖ ਹੀ ਲਾਤਾ ਇਕੱਠਾ? ਨਹੀਂ ਇਕੱਠਾ ਨਹੀਂ ਭਾਈ, ਹੌਲੀ ਹੌਲੀ ਕਰਕੇ, ਤੁਣਕਾ ਤੁਣਕਾ ਕਰਕੇ, ਠੀਕ ਹੈ, ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ। ਸੋ ਹੁਣ ਹੌਲੀ ਹੌਲੀ ਭਾਈ ਨੇ ਸਟੂਡੀਓ ਵੀ ਪੂਰਾ ਸੈਟਅਪ ਕਰ ਲੈਣਾ ਵਾ, ਉਹ ਵੀ ਸਿਸਟਮ ਚੱਲਣ ਡਿਆ, ਉਹ ਵੀ ਤੁਹਾਨੂੰ ਆਪਾਂ ਅਗਲੇ ਵਲੌਗਾਂ 'ਚ ਦਿਖਾਵਾਂਗੇ ਭਾਈ ਦੇ ਚੈਨਲ ਤੇ, ਤੁਸੀਂ ਖੁਦ ਦੇਖਣਾ ਸਟੂਡੀਓ, ਬਹੁਤ ਘੈਂਟ ਸਟੂਡੀਓ ਬਣਾਉਣਾ ਭਾਈ ਉਹਨਾਂ ਨੇ। ਬਾਕੀ ਸਲਾਹ ਸਾਨੂੰ ਸਾਰੀ ਜਿੰਨੀ ਵੀ ਆ ਗਗਨ ਲਾਲੀ ਜੀ ਸਾਡੇ ਭਰਾ ਦੇਣਗੇ, ਸਾਰੀ ਸਟੂਡੀਓ ਦੀ ਜਿੰਨੀ ਵੀ ਰਹਿਨਮਾਈ ਆ ਭਾਜੀ ਆਪ ਕਰਨਗੇ, ਆਪ ਕਰਨਗੇ ਭਾਜੀ, ਰਹਿਨਮਾ ਨੇ ਸਾਡੇ ਭਾਜੀ, ਰਹਿਨਮਾ ਨੇ, ਰਹਿਬਰ ਨੇ ਸਾਡੇ ਭਾਜੀ, ਸੋ ਚੱਲਣ ਡਿਆ ਅੰਡਰ ਪ੍ਰੋਸੈਸ ਆ ਸਾਰਾ ਸਿਸਟਮ। ਸੋ ਤੁਹਾਨੂੰ ਇਸ ਸਾਲ ਦੇ ਵਿੱਚ ਤੁਹਾਨੂੰ ਸਟੂਡੀਓ ਦਿਖ ਜੂਗਾ, ਬਹੁਤ ਘੈਂਟ ਓਕੇ ਰਿਪੋਰਟ ਵੱਡੀ ਸਕਰੀਨ ਦੇ ਨਾਲ, ਸਾਬੀਰ ਦਿਲ ਕਰਨ ਡਿਆ ਕੁੱਟ ਖਾਣ ਨੂੰ ਬਹੁਤ ਜ਼ਿਆਦਾ, ਬੜਾ ਕਹਿਣ, ਮੈਂ ਕਿਹਾ ਆਪਾਂ ਲੜਦੇ ਹਾਂ ਯਾਰ, ਚਲੋ 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 ਫਿਰ, ਚਲੋ ਚਲੋ ਕਰੋ ਸਟਾਰਟ ਕਰੋ, ਮੇਰਾ ਬੰਦਾ ਕਦੋਂ ਆ ਆ ਗਿਆ, ਚਲੋ ਚਲੋ ਚਲੋ, ਅੱਛਾ ਆ ਗਿਆ ਅੰਡਰਟੇਕਰ, ਕਿੱਥੇ, ਅੱਛਾ ਕਾਲਾ ਆ ਮੇਰਾ, ਇੰਨੀ ਕੁੱਟ ਮੈਂ ਕਦੀ ਖਾਂਦਾ ਨੀ ਜਿੰਨੀ ਤੁਸੀਂ ਮੈਨੂੰ ਸ਼ੁਰੂ ਚ ਪਵਾਤੀ, ਐਵੇਂ ਮੇਰਾ ਬੰਦਾ ਕੁੱਟੀ, ਐਵੇਂ ਛਾਲਾ ਮਾਰੀ ਜਾਂਦਾ, ਢੋਈ ਬਣਾ ਲਈ ਉਹਨੇ, ਲਓ ਵੀ ਮੁਕਾਬਲਾ ਜੋਰਾ ਸ਼ੋਰਾ ਲੱਗਾ, ਸਾਬੀ ਦੇ ਪੈ ਗਈ, ਦੰਗਾ ਪੜਾਉਣ ਮਾਰਨ ਲੱਗਾ, ਸਾਬੀ ਸਾਬੀ ਦੇ ਪੈ ਗਈ, ਸਾਬੀ ਦੇ ਪੈ ਗਈ, ਉਹ ਆ ਨਹੀਂ ਸਾਬੀ, ਸਾਬੀ ਮੇਰਾ ਆ ਗਿਆ, ਇੱਕ ਹੋਰ ਆ ਗਿਆ, ਸਿਰ ਫੜ ਲੈ ਇਹਨੂੰ, ਮੈਂ ਫੜਦਾ ਸਾਬੀ, ਤੂੰ ਉਹਨੂੰ ਫੜ, ਸਾਬੀ ਨੂੰ ਮੈਂ ਫੜਦਾ, ਤੂੰ ਉਹਨੂੰ ਫੜ, ਪਰ ਛੱਡੋ ਛੱਡੋ, ਇੱਕ ਸਾਨੂੰ ਮੁੱਕੇ ਛੱਡੋ, ਚਲੋ ਆ ਤੇਰੀ ਲੰਮੇ ਵਾਲਾ ਅੰਗ, 10 ਬੰਦੇ ਸੀ ਭਾਈ 10, ਜਿਹੜਾ ਬਜੇ 3 ਅੰਗਰ ਅੰਗਰ ਕਹਿੰਦੇ ਆ, ਅੰਡਰ ਟਾਈਮ ਸੇ ਨਿਕਲ ਗਏ, ਅੰਡਰ ਟ੍ਰੈਕਰ ਨਾ, ਅੰਡਰ ਟ੍ਰੈਕਰ ਉਹ ਆ ਗਗਨ ਜਿਹੜਾ ਗੁੱਟ ਖਾ ਰਿਹਾ ਸੀ, ਆਲਾ ਉਹ ਵੀ ਆ ਗਏ, ਉਹ ਮੋਟਾ ਵੀ ਆ ਗਏ, ਲੈ ਵੀ ਆ ਗਏ ਗਗਨ ਲਾਲੀ, ਸਾਹ ਲੈ ਡੰਡੇ ਲਾ ਕੇ ਰੱਖ ਰੱਖ ਰਹੇ ਨੇ, ਤੇ ਭਾਈ ਹੁਣ ਸੇਵਾ ਬੜੀ ਕਰਦੇ, ਫਿਰ
ਨਾਲ ਜੀ ਫਰਾਈਸ, ਸਮਾਈਲੀਆਂ ਕੀ ਕੁਛ ਨੀ, ਨਾਲ ਮਿਓਨੀਸ, ਚਿੱਲੀ ਸੌਸ, ਸਪਰਾਈਟ, ਇੱਕ ਤਾਂ ਟ੍ਰੀਟ ਬਹੁਤ ਦਿੰਦੇ ਨਾ ਸਰਵਿਸ, ਵੀ ਖਾਈਏ। ਲਓ ਜੀ ਤਿੰਨ ਬੰਦੇ ਰਹਿ ਗਏ ਆ, ਰੋਇਲ ਰੰਬਲ ਦਾ ਮੈਚ ਲੱਗਾ, ਬਾਕੀ ਸਾਰੇ ਬਾਹਰ ਕੱਢਦੇ ਆ। ਭਾਜੀ ਗਗਨ ਦੇ ਇੱਕ ਤੀਜਾ ਉੱਪਰਾ ਬੰਦਾ, ਇਸ ਪਰਾਏ ਮਰਦ ਨੂੰ ਬਾਹਰ ਸੁੱਟੋ। ਲੱਤ ਪੈ ਗਈ ਤੁਹਾਡੇ, ਮੈਂ ਲਾ ਕੇ ਡਿਆ ਫਸਟ ਨੰਬਰ ਤੇ ਦੇ ਸਕਦੇ ਸੀ ਸਿਮਰਪ੍ਰੀਤ ਸਿੰਘ, ਆਉਣ ਡਿਆ ਪਹਿਲੇ ਨੰਬਰ ਤੇ ਜਿਤਾਇਆ ਮੈਂ ਭਾਜੀ ਉਹਨਾਂ ਨੂੰ ਅੱਠ ਬੰਦਿਆਂ ਦੇ ਦੇਵ ਸਿੰਘ ਦੇ। ਹੁਣ ਅੱਗੇ ਤੁਹਾਨੂੰ ਫਿਰ ਆਪਾਂ ਇੱਕ ਵਾਰੀ ਮੁਕਾਬਲਾ ਕਰਕੇ ਦਿਖਾਉਂਦੇ ਹਾਂ, ਗੱਡੀ ਤਾਂ ਮੈਂ ਐਂ ਚਲਾਉਂਦਾ ਗੇਮ 'ਚ ਵੀ ਅਤੇ ਅਸਲ 'ਚ ਵੀ, ਮੁਕਾਬਲਾ ਹੀ ਕੋਈ ਨਹੀਂ ਚੱਟਦਾ। ਚਲਾ 10 ਕਰੋੜ ਰੁਪਏ, 15 ਕਿੰਨੇ ਆ, 1000 ਹੀ ਜਿੱਤਿਆ ਵਾ। ਫਸਟ ਟਰੋਫੀ ਜਿੱਤੀ ਭਾਅ ਜੀ, ਫਸਟ ਟਰੋਫੀ ਮੈਂ ਦੱਸ ਦਈਏ, ਅੱਗੇ ਤੁਹਾਨੂੰ ਮੈਚ ਲਾ ਕੇ ਇੱਕ ਵਾਰੀ ਫਿਰ ਜਿੱਤ ਕੇ ਦਿਖਾਉਂਦਾ ਮੈਂ। ਹੁਣ ਚਲਾਉਣੀ ਨਹੀਂ ਆਉਂਦੀ ਭਾਅ ਜੀ, ਆ ਕੇ ਚਲਾਉਂਦੇ, ਹੁਣ ਤਾਂ ਚਲਾਉਣੀ ਨਹੀਂ ਆਉਂਦੀ, ਚਲਾਈ ਦੀ ਕਿੱਦਾਂ। ਅੱਛਾ ਮਗਰ ਹੀ ਆ, ਉਹ ਸੱਪਾਂ ਆਉਂਗੇ ਹੁੰਦੇ ਪਿੱਛੇ ਤੇਰੇ, ਜੇ ਇੱਕ ਵਾਰੀ ਟੱਕਰ ਵੱਜੀ ਨਾ ਭਾਅ ਜੀ, ਲਾਗੇ ਪਿੱਛੇ ਕਰਾਈ ਸੀ ਹੁਣ ਕਿੱਥੇ ਕਿੱਥੋਂ ਫਾਂਡੂ ਪੁਲਿਸ ਨੇ ਤੇਰਾ ਯਾਰ ਪੁਰਾਣਾ ਪਾਪੀ ਹੈ, ਵੇਖਿਓ ਹੁਣੇ ਬਈ ਕਰੋ ਕਮੈਂਟਰੀ ਵਾਲੀ ਮੇਰੀ ਤਰੀਫ਼ ਚ। ਲਓ ਜੀ ਇਹ ਨੌਜਵਾਨ ਜੋ ਤੁਸੀਂ ਦੇਖ ਰਹੇ ਹੋ ਸਟੀਅਰਿੰਗ ਵੀਲਾਂ ਤੇ ਬੈਠੇ ਹੋਏ, ਸਾਡੇ ਯਾਰ ਮਿਲੀ ਸਾਰੇ ਹੀ ਟਾਕਾ ਮਾਰਦੇ, ਜਿਹੜੀ ਗੱਡੀ ਟੋਪਲਾ ਚਲਾਈ ਦੀ ਤੇ ਗੇਮਾਂ ਚ ਵੀ, ਵਾਹ ਬਈ ਮੁਕਾਬਲਾ ਕਿੱਥੇ ਹੈ ਤੇ ਕੱਲ ਦੇ ਸਲਾਰੂ ਕਿੱਥੇ ਗੱਡੀਆਂ ਚਲਾ ਰਹੇ ਸਾਡੇ ਵਰਗੀਆਂ। ਭਾਜੀ ਹੱਥ ਕਿੱਦਾਂ, ਹੱਥ ਕਿੱਧਰ ਹੋ ਰਹੇ, ਸਾਡੇ ਇੱਕ ਹੱਥ ਨੇ ਭਾਜੀ, ਇੱਕ ਹੱਥ ਨਾਲ ਹੀ ਦੇਖੋ ਇੱਦਾਂ ਹੀ ਅਸਰ ਚਲਾਈ ਦੀ, ਬਿਨਾਂ ਹੱਥ ਛੱਡੇ ਜਿੱਤ ਕੇ ਦਿਖਾ ਦੇਵਾਂ ਵੇਖਿਓ। ਨਾਮ ਦੋ ਮੁੰਡੇ ਨੂੰ ਲਿਆ ਕੇ ਆਉਣਾ, ਆ ਲਓ ਜੀ ਮੂੰਹ ਮਿੱਠਾ ਕਰ ਲਓ, ਫਸਟ ਫਸਟ ਪੋਜੀਸ਼ਨ ਦਾ ਆਪਣੇ ਹੱਥਾਂ ਖਵਾ ਦੇ, ਸਟੀਅਰਿੰਗ ਤੇ ਬੈਠਾ, ਫਿਰ ਹੁਣ ਨੈਪਕਿਨ ਲੈ ਕੇ ਆਪਣਾ, ਇੱਕ ਤਾਂ ਮੈਨੂੰ ਇਹ ਚੀਜ਼ਾਂ ਬਹੁਤ ਧਿਆਨ ਰੱਖਣਾ ਪੈਂਦਾ ਭਾਈ, ਬਹੁਤ ਹੀ ਹਾਈਜੀਨਿਕ ਪੇਸ਼ਕਾਰੀ ਕਰ। ਓਏ ਓਏ ਨਾ ਯਾਰ, ਉਹ ਕੰਮ ਨਾ ਕਰ ਯਾਰ, ਭਾਈ ਚੰਗਾ ਲੱਗਦਾ ਭਾਈ, ਇੱਧਰ ਦੇਖੋ ਸੇਵਾ ਕਰ ਰਹੇ ਭਾਈ, ਹੋਰ ਲਾਓ ਯਾਰ, ਖੜਕਾ ਤੜਕਾ ਲਾਓ, ਚਲੋ ਉਹੀ ਲਾਓ, ਮਜ਼ਾ ਉੱਚੀ ਹੁੰਦਾ, ਇਹ ਤੇ ਬੋਰ ਜੀ ਕਰਤਾ ਚੱਲ ਗਿਆ। ਟਰੱਕ ਵਾਲੀ ਗੱਡੀ, ਟਰੱਕ ਹੀ ਚਲਾਉਣ ਲੱਗੇ, ਚਲਾਉਣ ਲੱਗੇ ਆ, ਪਾਰਕਿੰਗ ਸਾਰਾ ਕੁਝ ਕਰਾਂਗੇ, ਆ ਗੇਅਰ ਹੈ ਇਹਦੇ, ਆ ਸਟੀਅਰਿੰਗ ਥੱਲੇ ਰੇਸ, ਜਿੱਦਾਂ ਵੀ ਅਸਲੀ ਟਰੱਕ ਦਾ ਹੁੰਦਾ, ਠੀਕ ਆ, ਇੱਦਾਂ ਟਰਾਲਾ ਚੱਲਦਾ ਵੱਡੀ ਕੁਰਸੀ ਦੇ ਬਹਿ ਕੇ। ਹੁਣ ਆਪਾਂ ਪਾਉਂਦੇ ਪਹਿਲਾ ਗੇਅਰ, ਭਾਅ ਜੀ ਪਹਿਲਾ ਗੇਅਰ ਪੈ ਗਿਆ, ਹੁਣ ਆਪਾਂ ਦੇਵਾਂਗੇ ਰੇਸ ਥੱਲੇ, ਦੇਖੋ ਟਰਾਲਾ ਚੱਲ ਪਿਆ, ਇਹਦਾ ਕੈਮਰਾ ਕਿੱਥੇ ਸਹੀ ਹੋਣਾ ਵਾ, ਕੀ ਕਰ ਛੱਡਿਆ ਵਾ, ਹੁਣ ਲੈ ਕੇ ਜਾਣਾ ਅੱਗੇ ਵਾਲਾ ਕਰੋ ਭਾਈ, ਹਾਂ ਜਾਣਾ ਕਿੱਥੇ ਲੈ ਗਏ, ਬਾਹਰ ਕਰਨੀ ਲੈ ਗਏ, ਕਿੱਥੋਂ ਨਿਕਲਣਾ ਬਾਹਰ, ਮੇਰੀ ਡਰਾਈਵ ਵੀ ਹੈ ਭਾਈ, ਇੱਕ ਹੋਰਨ ਵੀ ਹੈਗਾ ਇਹਦੇ ਨਾਲ ਦੇ ਬਣੇ ਨਾ, ਨਹੀਂ ਨਹੀਂ ਜਾਣਾ ਕੁਛ ਵੀ ਲੱਗੀ ਅਗਰ ਆ ਜੀ ਉਧਰ ਐਕਸੀਡੈਂਟ ਨਾ ਕਰਾ ਦਿਓ, ਐਵੇਂ ਆਪਣੀ ਮਰਜ਼ੀ ਨਾਲ ਟੇਰੀ ਘੁੜਾਈ ਜਾਓ, ਇੱਧਰ ਕਰ ਉੱਧਰ ਕਰ, ਚਲ ਆਓ ਤੇ ਆਓ ਤੋਂ ਹੋਰਨ ਆ, ਇਹ ਨੰਬਰ ਦੱਸ ਦਿਓ ਮਾਰ ਦਿਓ, ਹਾਂ ਤੈਨੂੰ ਨੰਬਰ ਦੇਖ ਜਾਣਾ, ਤੇ ਰਾਸ਼ੀ ਬੜਾ ਜਿਹੜਾ ਹੋਰ ਮਾਰਾ ਹਨਾ, ਬੜਾ ਰਾਸ਼ੀ ਉਹ ਜਨਵਰੀ ਆ ਜਾਂਦਾ ਵਾ, ਮਾਰ ਕੇ ਦੇਖ ਤਲਾ ਇਹਦੇ ਤੋਂ ਆਏ, ਬੜਾ ਤਗੜਾ ਹੋਰਨ ਬਾਈ, ਬਹੁਤ ਵਧੀਆ ਗੇਅਰ ਗੇਅਰ ਪਾ ਲਈ ਆਪਾਂ, ਪਾ ਲਓ ਪਾ ਲਓ,
ट्राला कि कर लिया भाई उधर देख उधर देख ट्राले ने ट्रक से चप्पिया पवा दी पुल झाड़ता हाए हाए बैक कर ला भरावा उधर नु फोड़ ला क्रिकेट 2022 फिर WWF 2022 फिर नीड फॉर स्पीड प्ले बैक एक आद रीजनल प्ले स्टेशन दी नाम जी टी सब तो कैंट कैंट हूं खेड लगे क्रिकेट ओ भी दो पईयां रेड रेडेंप्शन 2 पईयां GTA 5 पईयां ओ 2 पईयां GTA 5 भी हैगी ओ तो भाई कर दे ही ओ दे उत्ते स्ट्रीमिंग सो भाई दा चैनल जरूर सब्सक्राइब करो डिस्क्रिप्शन च जेड़ा लिंक है ते भाई ओ करो अपना बंदा कर लो लो भी आपां हुण क्रिकेट खेड लगे आ तैनूं खेड़दे आ फिर बाकी दी सारेयां देख्या ते सैटअप तुहानूं इक वारी फिर आपां दस दिंदे आ 50-60 हज़ार दी प्ले स्टेशन है क्योंकि प्ले स्टेशन अपने इंडिया दे विच हैगी नहीं आ मिलदी नहीं ब्लैक च ही मिलदी आ ओह दा बाहरों ही मिलदी आ पर भाई हुण भाई बाहरों मंगाई क
ਇੱਥੋਂ ਲਈ ਫਿਰ 50-60 ਹਜ਼ਾਰ ਦੀ ਪਲੇ ਸਟੇਸ਼ਨ ਆ, 1,00,000 ਰੁਪਏ ਦਾ ਆ ਕੁਰਸੀ ਆ ਇਕੱਲੀ। ਤੇ ਭਾਈ ਸਟੀਅਰਿੰਗ ਕਿੰਨੇ ਦਾ ਸੀਗਾ? ਸਟੀਅਰਿੰਗ ਆਪਣਾ 35,000 ਦਾ ਆਇਆ ਸੀਗਾ ਯਾਰ, ਵਿੱਚ ਗੇਅਰ ਦੇ ਨਾਲ 35,000 ਦਾ ਸਟੀਅਰਿੰਗ ਤੇ ਗੇਅਰ ਤੇ ਥੱਲੇ ਰੇਸ ਕਲੱਚ ਉਹ ਨਾਲ ਵਿੱਚ 35 ਦੇ ਵਿੱਚ ਹੀ ਸਾਰਾ ਸਾਰਾ ਕੁਝ ਹੀ ਆ 35 ਦੇ ਵਿੱਚ ਸਾਰਾ। ਤੇ ਹੋਰ ਕੀ, ਜੀਓ ਦਾ ਵਾਈਫਾਈ ਲਵਾਉਣਾ ਪੈਣਾ ਤੁਹਾਨੂੰ? ਠੀਕ ਆ, ਉਹ ਵੀ ਤੁਸੀਂ ਲੈ ਸਕਦੇ ਆ। ਇੱਕ 30-40 ਹਜ਼ਾਰ ਦੀ ਸਕਰੀਨ ਭਾਈ ਹੁਣਾਂ ਨੇ ਹੋਰ ਵੱਡੀ ਕਰ ਲੈਣੀ। ਫਿਰ ਉਹ ਹੈੱਡਫੋਨ ਹੈ 10-10 ਹਜ਼ਾਰ ਦੇ। ਠੀਕ ਆ, ਫਿਰ ਸੋਨੀ ਦੇ ਚਾਰਜਰ ਮੰਗਾਇਆ, ਜਿੱਤੇ ਸਮਾਨ ਦੋਨੋਂ ਰਿਮੋਟ ਤੁਹਾਡੇ ਇਕੱਠੇ ਲੱਗ ਜਾਂਦੇ ਆ। ਦੋ ਰਿਮੋਟ ਆ, ਦੋ ਆਪਾਂ ਹੋਰ ਲੈ ਲੈਣੇ ਆ, ਫਿਰ ਆਪਾਂ ਰੈਸਲਿੰਗ ਖੇਡਾਂਗੇ ਤੁਹਾਡੇ ਸਾਰਿਆਂ ਨਾਲ, ਚਾਰ ਰੈਸਲਿੰਗ ਖੇਡਾਂਗੇ। ਤੇ ਆਹ ਹੈੱਡਫੋਨ ਆ, ਓਰੀਜਨਲ ਪਲੇ ਸਟੇਸ਼ਨ ਦੇ ਫੜਾਈ ਇੱਧਰ, ਓਰੀਜਨਲ ਪਲੇ ਸਟੇਸ਼ਨ ਦੇ ਹੈੱਡਫੋਨ ਆ, ਪੂਰੇ 3D ਫੀਲ ਦਵਾਉਂਦਾ। ਫਿਰ ਠੀਕ ਹੈ, ਉਹ ਵਾਇਰਲੈਸ ਚਾਰਜਰ ਪਿਆ ਸਾਹਮਣੇ। ਮਾਰੇ ਕ੍ਰਿਕਟਰ ਆ ਗਏ, ਮਾਰੇ ਚੌਕਾ ਦੱਸ ਕੇ ਮਾਰਨਾ, ਦੱਸ ਕੇ ਕਿੱਥੇ, ਕਿਹਨੂੰ ਦੱਸਣ ਡਿਆ ਚੌਕਾ? ਥੋੜਾ ਚੈੱਕ ਤਾਂ ਕਰਨ ਦੇ ਬੈਟ ਨਾਲ, ਕਿੱਦਾਂ ਕਿੱਦਾਂ ਨੂੰ ਖਿਡਾਉਂਦੇ ਹੋ? ਚੌਕਾ ਲੱਗਣਾ, ਛੱਕਾ ਹੀ ਮਾਰਨਾ, ਛੱਕਾ ਮਾਰ ਕੇ ਦਿਖਾ ਦੋ, ਮਾਰੋ ਤਾਂ ਸਹੀ, ਕੋਈ ਸਿੰਗਲ ਹੀ ਲੈ ਲਓ ਭਰਾਵਾ, ਇੱਕਾ ਦੁੱਕਾ ਹੀ ਲੈ ਲਓ, ਲਓ ਕੈਚ ਕਰਾਤੀ ਜੇ, ਛੱਕਾ ਵੇਖੋ ਇੱਥੇ ਦੇ 30 yard ਸਰਕਲ ਚੋਂ ਨਹੀਂ ਬਾਹਰ ਗਈ ਬੋਲ, ਪਿੱਚ ਤੇ ਲੱਗ ਕੇ ਡਿੱਗੀ ਹੈ ਭਾਈ। ਤਿਆਰ, ਬੂਟ ਪਾ ਲਓ, ਨੱਪਾਂ ਦੀ ਲੋੜ ਨੀ ਪੈਣੀ, ਉਹਨੇ ਨੀ ਭੱਜਣਾ ਭਾਈ, ਰੋਂਦੂ ਹੈਗਾ ਮਸੀਂ, ਕਿਸ ਕਿਸ ਵਟਾ ਕੇ ਟੋਕਾ ਹੋਏ ਗਿਆ। ਗੱਲਬਾਤ ਸੁਣਾ ਦੇ ਫਿਰ, ਜੋ ਹੁਣ ਸਟੋਰੀਆਂ ਸੁਣਾਈ ਆ, ਸਕੂਲੋਂ ਆ ਗਿਆ ਹੈ? ਠੀਕ ਹੈ ਸਹੇਲੀ, ਕਹੋ ਸਹੇਲੀ ਠੀਕ ਹੈ ਤੇਰੀ? ਇੱਕੋ ਗੱਲ ਵਾਰ ਵਾਰ ਨੀ ਕਰਨੀ ਹੁਣ, ਤੂੰ ਦੱਸ ਤੇਰੀ ਸਹੇਲੀ ਠੀਕ ਆ? ਚੁੱਪ, ਮੈਂ ਤੈਨੂੰ ਕੀ ਕਿਹਾ, ਇੱਕ ਗੱਲ ਵਾਰ ਵਾਰ ਨੀ, ਕਿੱਦਾਂ ਮੈਨੂੰ ਕਹਿਣ ਡਿਆ, ਕਹਿੰਦਾ ਕਿ ਮੈਨੂੰ ਪੁੱਛ ਕਿ ਹਾਂ ਵੀ ਮੇਰੀ ਸਹੇਲੀ ਠੀਕ ਆ, ਕਿੱਦਾਂ ਚਲਾ ਗਿਆ? ਆ ਚਲਾ ਲਈ ਇਹ ਤੂੰ, ਚਲੋ ਜੀ ਕੋਈ ਨਾ, ਕੋਈ ਚੰਗੀ ਅਕਲ ਵੱਤ ਦੋ ਨਾ, ਦੱਸ ਆਪਣਾ ਪੂਰਾ ਨਾਂ ਕੀ ਤੇਰਾ, ਅਸਲੀ ਨਾਂ ਦੱਸ, ਚੱਲ ਮਜ਼ਾਕ ਨੀ ਕਰਨਾ ਅਸਲੀ, ਚਲੋ ਜੀ ਇਹ ਦੱਸ ਅਸਲੀ ਨਾਂ ਕੀ ਆ? ਅਸਲੀ ਨਾਂ ਹੀ ਰੱਖਤਾ ਇਹਦਾ, ਤੇਰਾ ਅਸਲੀ ਨਾਂ ਕੀ? ਲਓ ਹੀ ਲਾਲੀ ਫੈਮਲੀ ਦੇ ਜਵਾਕ ਕੀ ਹੈ, ਦੁਪਹਿਰ ਦੇ ਵੱਜ ਗਏ 2 ਤੇ ਸਹਿਜਾਦੇ ਜੱਦ ਹਜੇ ਤੱਕ ਉੱਠੇ ਨੀ ਹੈਗੇ, ਤੇ ਇਹ ਨਿਆਲੇ ਸਕੂਲੋਂ ਪੜ੍ਹ ਕੇ ਆ ਵੀ ਗਏ ਆ। ਪੜ੍ਹ ਕੇ ਆ ਗਏ ਸਕੂਲੋਂ? ਕਿੰਨੇ ਵਜੇ ਗਿਆ ਸਕੂਲੇ? ਮੈਂ ਆਉਂਦਾ ਵੀਡੀਓ 'ਚ ਹੈਂ, ਪੂਰਾ ਆਉਂਦਾ ਆਉਂਦਾ ਚੰਗੀ ਤਰ੍ਹਾਂ। ਚੱਲ ਇੱਧਰ ਆ, ਇੱਧਰ ਆ, ਚੱਲ ਆ, ਚਲਾ ਹੁਣ, ਤੂੰ ਚਲਾਉਣੀ ਸੀ ਨਾ, ਚੱਲ ਹੁਣ ਚਲਾ ਫਿਰ, ਚੱਲ ਚਲਾ ਹੁਣ, ਰੱਖ ਕਿੱਥੇ ਹੁੰਦਾ, ਚੱਲ ਆਪੇ ਚਲਾਉਂਗਾ, ਚੱਲ ਜ਼ੋਰ ਦੀ, 1, 2, 3 ਨੱਪਦੇ ਜ਼ੋਰ ਦੀ, ਚਲਾ 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 ਚਲਾ।
ਚੱਲ ਇੱਧਰ ਆ ਮੈਂ ਉਂਗਲ ਰੱਖ ਮੈਂ ਨਾ ਪਤਾ ਤੇਰੇ ਨਾਲ ਆ ਜਾ ਚੱਲ ਤੂੰ ਮੇਰੀ ਉਂਗਲ ਦਾ ਹੱਥ ਰੱਖ ਇੱਥੇ ਹੱਥ ਰੱਖ ਇੱਥੇ ਹੱਥ ਰੱਖ ਮੇਰੀ ਉਂਗਲ ਦਾ ਹੱਥ ਰੱਖ ਰੱਖ ਲਾ ਹੁਣ ਉਹਦੀ ਉਂਗਲ ਤੇਰੇ ਵੱਲ ਨੂੰ ਚਲਾ ਦਾ ਇੱਧਰ ਕਰਕੇ बड़ी जर्मन को चक्की भी नहीं जानी जर्मन कह चला के दिखावे जर्मन चला लूंगा चल जर्मन देख लेने जर्मन चला के नहीं ले वो पता नहीं कितों नपी जाता भरावा इनू नप मार चल ओए जर्मन ने चलाती तेरे नालो ज्यादा जान है जर्मन च नहीं बस चल गई होनी चलनी आ जा हुन हुन बस चल गई फिर चलानी है तू चल हो जा फिर मैं तेनू करके दूंगा खड़ी आपे करना रुक जा अगो रख ना अगे इत्थे रख इत्थे रख इत्थे रख नहीं नहीं ऊपर ऊपर हां चल तू मेरी उंगल ते हाथ रख मेरी उंगल ते बाबा जी बन गए ने बाबा जी हुण दसणगे कि मेरा बाहर दा काम कदों बणूगा बाबा जी नाले मिठा मिलना कदों बणूगा मैं बहुत लेट चलो जी बाबे ने मेरे को आज ही चपेड़ा खा लेनी आज ही बाबे ने आज ही चपेड़ा खा लेनी कदों बणूगा जो जो अगली बार केड़ी बार वार भी किन्नी को प्लस होनी है बच्चे जो मैं कहूंगा वही दस क्या बस दो चार महीने जी बन जूगा मैं तनु क्या आज ही रखड़ी बन लो आज तो अच्छा माँ ते साथ दादी ने बंदे ने रखड़ी देनो मैं कहा आज ही रखड़ी अलग दादी रुक गया रहा मम्मी ना बंदी रहा दो वी ती या नहीं दो ते नहीं आज जड़ा देना मैं आज ही दे देना तनु रखड़ी तुसी नंडी ना तो रखड़ी तुसी आज ही फंक्शन कर लो रखड़ी जरा उस तो बाद मैं थोड़ा 9, 10, 11, 12, 13, 14, 15 तक थोड़ा बिजी मेरी एक मीटिंग अमृतसर है दो तीन मीटिंग अमृतसर है फिर उस तो बाद मेरी मीटिंग चलो ओए प्रमोशन कर जाना वा चुप करो यार तीन प्रमोशन अमृतसर है दो बटाले आ रेस्टोरेंट दया तीन प्रमोशन अमृतसर है ठीक है तो मुड़ के बाकी सारिया मेरी चंडीगढ़ी प्रमोशन उत्थे ही फिर रहना मैं उत्थे ही सैटल हो जाना हूं मैं मोहाली चंडीगढ़ अमृतसर बटाला चार सिटिया सैटल हो जाना चल, चल, ठीक है तो जेड़ा रखड़ी वाला फंक्शन जहा करना हुणे कर लो तो काम नबेड़ो वो कर लो छेती इन्हों प्यार ने करी मैं कहो तुम मेरे गुस्से बारे पता ना मेरे गुस्से का सब पता वा मेरे गुस्से च मैं कि कंजर का गुस्सा नहीं जान दी मैं तहु पता जो मेरा गुस्सा होंगे तहु पता तेन कहता गुस्सा अग बबूला कहो जाना तू अग बबूला है तीन दिन लग गए पर आ गई अज ए बिना जीव नहीं लगा हाडा घरे बैठे तीन दिन कुकड़ी वांगू तड़के आगा साइड ते सारा ओके ओके देखे होना पुराने ब्लॉग च इत्थे सारा सीगा डेंट बारी सारी खराब हो गई तो एक अगे सीगा जेड़ा मैं पिछली ईयर तुहानू दिखाया सीगा इत्थे इहदे उपर सीगा एक वी चकता सारा सारा हो गया बाबे अज ही गड्डी आई तां अज ही झूटे लैण निकल गए आ मैं कहा चलो अज गड्डी आई है ते मत्था टेक आईए पहला आपां आए आ समस्तपुर साहब फिर आपां जाणा पट्ठे लैण फीड लैण ते फिर आपां जाणा तलन साहब तलन साहब तो मैं पूरा एक हफ्ता जाना हूँ अब सोमवार सोमवार तो लैके अगले सोमवार तक जाना रोज शामी या राती एक टाइम नहीं तुम दसना ठीक है सो समस्तपुर पहुंच चले हैं मत्था टेकते हैं समस्तपुर भी आप काम ही आए कुछ लैन आए हैं तो फिर मैं मत्था भी टेक जाने आप पहुँच गए और सामने गुरुद्वारा साहब तो इतों फिर आप जाना फीड लैनी है पट्ठे लेने फिर तलन साहब जाना फिर वापस करे फिर तुम टैटू रिएक्शन दिखाने रात महफल लगूगी पहुंच गए आप फीड भी रख लिया पठे भी लै लिया सारे टाल भी बंद होने फीड आली भी बंद होनी दुकान गए दोवे भरा फीड लैन
8000 ਨੰਬਰ ਫੀਡ ਤੇ ਫੀਡਰ ਲੈ ਕੇ ਡਿੱਗੀ ਚ ਰੱਖ ਕੇ ਫਿਰ ਆਪਾਂ ਚੱਲਦੇ ਪੱਠੇ ਲੈਣ ਪੱਠੇ ਲੈ ਕੇ ਡਿੱਗੀ ਚ ਰੱਖ ਕੇ ਫਿਰ ਸਿੱਧਾ ਆਪਾਂ ਜਾਵਾਂਗੇ ਦੱਲਾ ਸਾਹਿਬ ਮੱਥਾ ਟੇਕਣ ਤੇ ਫਿਰ ਵਾਪਸ ਘਰੇ ਆਜੋ 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 ਸ਼ੇਰੋ ਆਜੋ ਥੱਲੇ ਨਾ ਆਜੋ ਟਰੱਕ ਟਰੁੱਕ ਤੇ ਗੱਡੀ ਗਲਤ ਲਾ ਲਈ ਆ ਉਹ ਵੀ ਆ ਗਏ ਰੱਖ ਡਿੱਗੀ ਖੋਲ ਲੈ ਪਹਿਲਾਂ ਡਿੱਗੀ ਖੋਲਾ ਕੀ ਹੋਇਆ ਫੀਡ ਚੱਕੀ ਤੇ ਕਹਿੰਦਾ ਕਹੀ ਜਾਂਦੇ ਜਾਂਦੇ ਮੁੜ ਕੇ ਰੋਕਣਾ ਨਿਆਣੀਆਂ ਵਿਚਾਰੀ ਉਧਰ ਥੱਲੇ ਦੇ ਦੇਣਗੇ ਲੋ ਵੀ ਪੱਠੇ ਲੈਣ ਆ ਗਏ ਹੁਣ ਆਪਾਂ ਠੀਕ ਆ ਰਾਜਾ ਗਿੱਲ ਸਾਹਿਬ ਪੱਠੇ ਲੈਣ ਦੇ ਨੇ ਸਤਿ ਸ਼੍ਰੀ ਅਕਾਲ ਵੀ ਬੁਲਾਉਣ ਦੇ ਨੇ ਗਿੱਲ ਸਾਹਿਬ ਤੇ ਕਾ ਵੇਖੋ ਇੱਧਰ ਕੀ ਤੈਨੂੰ ਕੀ ਮੌਤ ਪੈ ਗਈ ਹੁਣ ਹੁਣ ਮੈਂ ਕਦੀ ਸਟੋਰੀ ਚ ਵੀ ਦੱਸਾਂ ਤੈਨੂੰ ਕਦੀ ਸਟੋਰੀ ਬੰਦ ਭਾਈ ਹੁਣ ਜੇ ਇੰਨਾ ਬਿਜ਼ਨਸ ਚਲਾਉਣ ਦੇ ਆ ਸਾਰੇ ਪਾਸੇ ਬਿਜ਼ਨਸ ਚਲਾਉਣਾ ਪੈਂਦਾ ਕੋ ਨਾ ਬੁਲਾ ਦੁਬਾਰਾ ਜੀ ਨਹੀਂ ਤੂੰ ਕੀ ਡਰਾਮੇ ਕਰਨਾ ਕੁਛ ਨਹੀਂ ਕੀਤਾ ਤੂੰ ਕੱਲ ਦਾ ਠੀਕ ਆ ਵੇਲਾ ਸੁੱਤਾ ਵਾ ਅੱਜ ਗੱਡੀ ਆਈ ਤਾਂ ਅੱਜ ਹੀ ਨਿਕਲੇ ਆਪਾਂ ਬਸ ਭਾਜੀ ਮੈਂ ਕਦੋਂ ਕਿਹਾ ਕਿ ਜਿੱਦਾਂ ਦੇ ਚੰਡੀਗੜ੍ਹੋਂ ਆਏ ਆ ਨਾ ਉਦਾਂ ਦਾ ਵੇਲੇ ਆ ਤੂੰ ਬਿਮਾਰ ਕਿੱਦਾਂ ਹੋ ਗਿਆ ਕਦੋਂ ਕਿਹਾ ਕੁਝ ਬਿਮਾਰ ਬਾਹਰ ਦਾ ਵੀ ਨਹੀਂ ਖਾਦਾ ਕਿੱਦਾਂ ਬਿਮਾਰ ਹੋ ਗਿਆ ਕਦੋਂ ਕਿਹਾ ਮੈਂ ਬਿਮਾਰ ਕੁਝ ਕਰਕੇ ਹੋਇਆ ਬਿਮਾਰ ਕਿੱਦਾਂ ਹੋਇਆ ਬਿਮਾਰ ਬੰਦਾ ਮੌਸਮ ਕਰਕੇ ਹੁਣ ਕੀ ਡਿਆ ਤੈਨੂੰ ਮੈਂ ਤੁਹਾਨੂੰ ਦੱਸਣ ਤੇ ਰਿਹਾ ਘਬਰਾਹਟ ਹੋ ਰਹੀ ਹੈ ਕੱਚਾ ਕਿੱਦਾਂ ਹੁੰਦਾ ਦਿਲ ਨਹੀਂ ਕੱਚ ਕੱਚ ਮੈਨੂੰ ਮਾਮਾ ਸੁਣਾ ਉਲਟੀ ਉਲਟੀ ਆਉਣੀ ਹੈ ਨਾ ਹਾਂ ਬੋਲੇ ਜੇ ਸੁੱਕਣ ਦੇ ਮੇਰੇ ਤਰੇਲੀਆਂ ਹੁਣ ਸੁਣਾ ਸੁਣਾ ਢਿੱਡ ਵੇ ਤੇਰਾ ਕਿੱਡਾ ਹੋਇਆ ਸ਼ਰਮ ਕਰ ਥੋੜੇ ਫਿੱਟ ਹੋ ਮੇਰੇ ਕੋ ਕੋਈ ਕੱਲਾ ਮੁੰਡਿਆ ਦਾ ਅੰਦਰ ਫਿੱਟ ਹੋ ਥੋੜਾ ਫਿੱਟ ਹੋ ਐ ਕੁਲੋ ਸੱਡਿਆ ਤੇ ਲੋ ਵੀ ਹੋ ਠੀਕ ਜੇ ਬਾਅਦ ਚੱਲੇ ਹਾਂ ਮੱਥਾ ਟੇਕਣ ਚਲੋ ਚਲੋ ਰੱਖ ਲੋ ਲੋ ਵੀ ਆਏ ਹੁਣ ਆਪਾਂ ਮਕਸੂਦੀ ਪਹੁੰਚ ਗਏ ਆ ਫੇਮਸ ਜਗ੍ਹਾ ਮਕਸੂਦਾ ਜਿੱਥੇ ਅਸੀਂ ਰਹਿੰਦੇ ਗਰਮ ਲੱਲੀ ਭਾਜੀ ਗਰਮ ਬੜੇ ਆ ਚੱਲ ਫੜ ਕੇ ਓਏ ਥੱਲੇ ਨਾ ਰੱਖ ਮਕਸੂਦੀ ਪਹੁੰਚ ਗਏ ਮੈਂ ਟੇਬਲ ਤੇ ਰੱਖਿਆ ਸਮਾਨ ਰਾਜਾ ਲਿਆਉਣ ਡਿਆ ਗੱਡੀ ਹੁਣੇ ਆ ਜਾਣੀ ਆ ਠੰਡੇ ਬੜੇ ਮੈਂ ਕਹੀ ਠੰਡੀ ਜੀ ਦਿਖਵਾ ਦੋ ਅੱਗੇ ਮੈਨੂੰ ਹੋਰ ਠੰਡੀ ਜੀ ਉਹ ਖਾ ਲਾ ਆ ਮਿੱਟੀ ਖਾ ਲਾ ਮਿੱਟੀ ਬਹੁਤ ਠੰਡੀ ਹੁੰਦੀ ਵੀ ਆ ਗਏ ਆਪਾਂ ਤੱਲਣ ਸਾਹਿਬ ਤੋਂ ਮੱਥਾ ਟੇਕ ਕੇ ਕੱਲ ਟੇਕ ਕੇ ਆਏ ਸੀ ਮੁੜ ਕੇ ਵਲੌਗ ਬਣਾਇਆ ਨਹੀਂ ਪੈਰ ਲਾ ਦੇ ਜੇ ਮੇਰੇ ਪੈਰ ਗੰਦੇ ਆ ਦਾ ਪੈਰ ਲਾ ਦੇ ਤੂੰ ਹੀ ਗੰਦਾ ਕੀਤਾ ਮੰਜੇ ਤੇ ਬਹਿ ਕੇ ਪੈਰ ਕਿੱਦਾਂ ਲਾਉਂਦਾ ਤੇ ਹੁਣ ਫੇਰ ਤੱਲਣ ਦਾ ਅੱਜ ਮੱਥਾ ਟੇਕ ਕੇ ਆਏ ਮੈਂ ਰੋਜ਼ ਜਾਂਦਾ ਤੱਲਣ ਮੱਥਾ ਟੇਕ ਹੁਣ ਫੇਰ ਆਏ ਉੱਤੋਂ ਤੇ ਪਾਪਾ ਨੂੰ ਸ਼ਾਪਿੰਗ ਕਰਾਈ ਮਣੇ ਟਰੈਕ ਸੂਟ ਤੇ ਹੇਮਕੁੰਟ ਸੂਟ ਲੈ ਕੇ ਦਿੱਤਾ ਐਡੀਡਾਸ ਦਾ ਓਰੀਜਨਲ ਤੇ ਬਾਕੀ ਆ ਲਿਆ ਕੇ ਦਿੱਤਾ BMS ਫੈਸ਼ਨ ਜਲੰਧਰ ਤਿਆਰ ਤਿਆਰ ਹੋ ਜਾ ਮਾੜੇ ਤਿਆਰ ਟੈਟੂ ਕਿਦਾਂ ਲੱਗਾ ਤਿਆਰ ਹੋ ਗਏ ਨਵੇਂ ਕੱਪੜੇ ਪਾ ਲਏ ਤੁਸੀਂ ਵੀ ਸਾਰੇ ਪੁੱਛਦੇ ਆਪਾਂ ਇਸ ਵਿੱਚ ਆ ਵੀ ਦੱਸ ਦਿੰਦੇ ਆ ਦੇਖੋ ਇਹ ਤਾਂ ਮੇਰਾ ਸ਼ੁਰੂ ਤੋਂ ਡ੍ਰੀਮ ਹੀ AK-47 ਬਣਾਉਣੀ ਲਿਖਾ ਦੇਣਾ ਕੀ ਕਹਿੰਦੇ 47 ਪੰਜਾਬੀਆਂ ਦੀ ਆ ਅਮਰੀਕਾ ਦੇ ਵਿੱਚ ਚੋਰ ਹਾਏ ਮੈਂ ਮਰ ਜਾ ਰਾਜੂ ਮੇਰੀ ਜੁੱਤੀ ਫੜ ਰੁਕ ਜਾ ਰੁਕ ਜਾ ਇਹਨਾਂ ਅਮਰੀਕਾ ਦੇ ਵਿੱਚ ਇਹਨਾਂ ਦਾ ਮਤਲਬ ਇਹ ਤਾਂ ਹੁੰਦਾ ਇਹਨਾਂ ਨੇ ਮਾਸਕ ਪਾਇਆ ਵਾ ਇਹਦਾ ਮਤਲਬ ਕਿ ਸਾਡੀ ਪਛਾਣ ਕੋਈ ਨਹੀਂ ਹੈਗੀ ਸਾਨੂੰ ਕੋਈ ਫੜ ਨਹੀਂ ਸਕਦਾ ਅੱਛਾ ਠੀਕ ਆ
मगर लगी हुई कह दिया कि तुम फड़ नहीं सकते तुम पता ही नहीं है अगे कौन है चोर नहीं है मतलब बड़ा अमेरिका बहुत फेमस बंदा मतलब अमेरिका च जिन्हें टैटू बनाया होंगे ना वधिया समझते मतलब रिस्पेक्ट करते हैं जुत्ती नहीं बनी जाती थी हां हुण अंकल दे पोते ने बनाया हर बने भी मेरी ये दस इहदे नाल अपनी जिंदगी ते की असर होगा की मतलब शौक है सेहत की शौक है शौक ते शौक दा की मतलब तू भाई ने भी बनाया शौक दा की नहीं हुंदा मुल्ल कोई ना पहले भी तेरे मैं शौक बड़े पगाए है मुल्ल ते मैं ही दार करया तू पग भी बन्नी ठीक है पग भी जेड़े मैं मैसेज भी देता ही पग बनन दा नहीं एक मिनट पग दा मैसेज भी देता दो लप दे उच्च मैं आंडिया ना विच ड्रेस लिखा हाउस नंबर 4 मास्टर कॉलोनी मकसूदा जलंधर मैं चोर उधर मम्मी पापा दे सैन भी हां इधरों चोर जावे ते हाडे बैंक च सैन करे ते जेड़ी दुखी तेली हैगी साडी ते रुपया झाडी ते डॉलर च कमाई नहीं मैं कुत्ते हाडे घर तेरे जे तेरे अगे ना होवे ना ते चल गया चोर दी जलोड कोई नहीं चोर ते चाहिए नहीं चोर दी ने छड़ के ना मेरे पुत्र लोड ही कोई नहीं तेरे अरगा मेरा हीरा पोतिया आपा ते चोरा दी लोड ही कोई नहीं कपड़े लाते दस प्यो सामने जी दुखी मुंडा चोर है ठीक है कुड़ी का हाथ फड़ के मुंडा दौड़न दिया वा पिछे रुक जाओ पुलिस दियां लाइटां जगन दियां वा ठीक है पुलिस मगर लगी गड्डियां पुलिस दियां 3 कुड़ी मुंडा डॉलर दे बैग है नाल आ मेन है इन्हां दा दौड़न दे मनी इधर
ਮਨ ਹੀ ਵੈਬ ਸੀਰੀਜ਼ ਤੁਸੀਂ ਸਾਰਿਆਂ ਨੇ ਦੇਖੀ ਬਸ ਉਹੀ ਕਨਸੈਪਟ ਵੀ ਤੁਸੀਂ ਹਿਸਾਬ ਲਾ ਸਕਦੇ ਇਹ ਤਾਂ 147 ਨਾਰਮਲ ਬੀਬੀ ਦਾ ਨਾਂ ਤੇ ਡਾਲਰ ਠੀਕ ਹੈ ਇਹ ਉਧਰ ਸਾਈਨ ਕਰਾ ਕੇ ਬੈਂਕ ਲੁੱਟ ਲੈਣੀ ਆ ਚੱਲੇ ਨਾ 147 ਇਹਦੀ ਇਹਦਾ ਕੀ ਨਾਂ ਹੈਗਾ ਉਹ ਤਾਂ ਆਤ ਉਹਦੇ ਛਤਰ ਮੋਰ ਮੋਰ ਗਿਆ ਨਹੀਂ ਛਤਰ ਮੋਰ ਗਿਆ ਇਹਨੂੰ ਕਹਿੰਦੇ ਯਾਰ ਨਾਮ ਸਪਾਹੀ ਪੰਜਾਬੀ ਚ ਤਾਂ ਛਤਰ ਮੋਰ ਗਿਆ ਸਪਾਟਨ ਤੁਸੀਂ ਸਰਚ ਕਰ ਸਕਦੇ ਗੂਗਲ ਤੇ ਸਪਾਟਨ ਉਹ ਜਿੰਨੇ ਮਰਜ਼ੀ ਪੈਸੇ ਨਾਲ ਆ ਤੂੰ ਇਹਦੇ ਨਾਲ ਨਹੀਂ ਰਲ ਸਕਦਾ ਮੇਲੇ ਤੋਂ ਬਣਾਇਆ ਜਿੰਨੇ ਮਰਜ਼ੀ ਮੇਲੇ ਤੋਂ ਬਣਾ ਤੂੰ ਭਾਵੇਂ ਤੂੰ ਕਹਿੰਦਾ ਮੈਂ ਲੱਖ ਰੁਪਈਆ ਲਾਤਾ ਜਿਹੜੀ ਚੀਜ਼ ਇਹਦੇ ਵਿੱਚ ਹੈ ਉਹਦੇ ਲੱਖ ਰੁਪਏ ਨਹੀਂ ਭਾਈ 2 ਲੱਖ ਰੁਪਈਆ ਲੱਗਾ ਟਾਈਮ ਮੈਂ 30 ਰੁਪਈਆ ਦਾ ਬਣਾਇਆ ਉਹਨਾਂ ਸਮੇਂ ਹਾਂ ਤੇ ਮਾਂ ਵੀ 10-10 ਹਜ਼ਾਰ ਤੇ ਆ ਗਿਆ ਹੁਣ ਤੂੰ 2 ਲੱਖ ਤੇ ਮੇਰੀ ਕੋਲੈਬੋਰੇਸ਼ਨ ਹੀ ਮੈਂ ਰੇਟ ਦੱਸਿਆ ਕਿ ਇੰਨਾ ਰੇਟ ਦਾ ਟੈਟੂ ਸਾਰੇ ਪ੍ਰਾਈਸ ਵੀ ਪੁੱਛਦੇ ਸੀ ਮੈਂ ਦੱਸਦਾ ਉਹਨਾਂ ਸਾਡੇ ਸਹਿਣ ਨਾਲ ਲਾਈ ਉਧਰ ਸਾਡੀ ਆਹ ਵਾਲਾ ਟੈਟੂ ਆ ਸਪਾਟਨ ਦਾ ਇਹ ਵਾਲਾ ਟੈਟੂ ਹੈਗਾ ਵਾ ਘੱਟੋ ਘੱਟ 70-75 ਦੇ ਵਿੱਚ ਜੇ ਤੁਸੀਂ ਕਰਾਉਣਾ ਕਰਾ ਸਕਦੇ ਆ 70-75 ਹਜ਼ਾਰ ਚ ਠੀਕ ਹੈ 70-75 ਹਜ਼ਾਰ ਚ 70-75 thousand ਇਹ ਵਾਲਾ ਟੈਟੂ ਆ ਅੱਗੋਂ ਫਰੰਟ ਵਾਲਾ 45-50 ਦੇ ਵਿੱਚ ਹੋ ਜੂਗਾ ਤੁਹਾਡਾ ਠੀਕ ਆ ਇਹ ਵਾਲਾ ਟੈਟੂ ਵੀ ਤੁਹਾਡਾ ਇੰਨੇ ਦੇ ਰੇਂਜ ਦੇ ਵਿੱਚ ਵਿੱਚ ਹੀ ਆ ਇਹਨੇ ਸਾਈਨ ਕਰਾਉਣੇ ਆ ਬਾਕੀ ਜਨਤਾ ਜਿਹੜੀ ਇੱਥੇ ਸਾਈਨ ਕਰਾਉਣੇ ਆ ਨੰਬਰ ਹੀ ਕਰਵਾ ਲੈ ਆਪਣੇ ਨਾਲ ਆਧਾਰ ਕਾਰਡ ਦਾ ਨੰਬਰ ਲੈ ਲਿਆ ਮਮਾ ਤੇ ਪਾਪਾ ਨੇ ਰਿਐਕਸ਼ਨ ਦੇ ਤੀ ਰਿਐਕਸ਼ਨ ਦੇਤਾ ਨਾ ਬਾਕੀ ਮੇਰੀ ਰਿਕਵੈਸਟ ਆ ਸਾਰਾ ਕੁਝ ਦੇਤਾ ਮੈਂ ਹੁਣ ਕੀ ਦੇ ਸਕਦਾ ਇਹ ਤਾਂ ਸਮਝੀ ਸਾਲੀ ਅੱਜ ਲੱਗੀ ਪਈ ਬਣਾ ਇਦਾਂ ਦਾ ਨਾ ਗਗਰ ਵੈ ਪੈ ਤੂੰ ਗੁੱਸਾ ਨਾ ਕਰੀ ਚਲੋ ਹੁਣ ਤੇ ਉਹ ਰਿਵਾਜ ਮੁੱਕ ਗਏ ਆ ਜਦੋਂ ਪਿੰਡਾਂ 'ਚ ਪਹਿਲੋਂ ਘਰ ਬਣਾਉਂਦੇ ਹੁੰਦੇ ਨੇ ਲੋਕੀ ਅਜੀਬ ਜੀ ਗੱਲ ਕਰਦੇ ਨਜ਼ਰ ਨਾ ਲੱਗ ਜੇ ਮੈਨੂੰ ਅੱਗੇ ਨਜ਼ਰਾਂ ਖਾ ਗਈਆਂ ਮੈਂ ਤਾਂ ਹੀ ਬਣਾ ਕੇ ਹੋਰ ਨਜ਼ਰ ਨਾ ਲੱਗੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇੱਧਰ ਦੇਖੋ ਜਿਹੜੇ ਨਜ਼ਰ ਨਾ ਲੱਗਦੇ ਆ ਦਿੰਦੇ ਆ ਜੇ ਕਿਸੇ ਕੋਲ ਆ ਕੇ ਗੱਲ 'ਚ ਪਾਈ ਗੱਲ 'ਚ ਮੈਂ ਪਾਇਆ ਹੋਇਆ ਚੋਰ ਨੇ ਮੇਰੀ ਵੀ ਚੈਨ ਪਾਈ ਹੋਈ ਆ ਮੈਂ ਕਿਹਾ ਤੁਸੀਂ ਐਵੇਂ ਚੋਰ ਮੇਰੀ ਵੀ ਵਿੱਚ ਪਈ ਹੋਈ ਆ ਮੈਂ ਕੱਪੜੇ ਲੈ ਕੇ ਟ੍ਰੈਕ ਸੂਟ ਜੁੱਤੀਆਂ ਬਹੁਤ ਮਾਰਨੀਆਂ ਦੇਖ ਲਈ ਬਾਂਦਰ ਕੁੱਤਾ ਕਿਸੇ ਥਾਂ ਦਾ ਮੈਂਟਲ ਪਾਗਲ ਕਿਸੇ ਥਾਂ ਦਾ ਗੁਲਾਮ ਯਾਰ ਗਗਨ ਤੂੰ ਮੇਰਾ ਕੰਮ ਖਰਾਬ ਕਰਤਾ ਪੁੱਤ ਹੈ ਨੀ ਚੰਗੀ ਔਲਾਦ ਉਹਦਾ ਤੇ ਪੜਦੇ ਵਾਲੀ ਤਾਂ ਗੱਲ ਹੀ ਨੀ ਰਹੀ ਭਾਣ ਜੀ ਕੱਢ ਕੱਢ ਕੇ ਨਾ ਏਡਾ ਸਾਰੇ ਫੜਾ ਦੋ ਆ ਕਿਤੇ ਇੱਕ ਅੱਧੀ ਤਨਖਾਹ ਨੀ ਇਹ ਦੂਜਾ 2000 ਸਵੇਰੇ ਤੁਸੀਂ ਸਾਰੇ ਦਾਦਾ ਮਾਰ ਲੈ ਕੇ ਸੂਟਾਂ ਦਾ ਵੱਖਰਾ ਹੋਇਆ ਨਾ ਤੁਹਾਨੂੰ ਮੈਂ ਤੈਨੂੰ ਮੈਂ ਦੇਖੜੀ ਵਾਲ ਦੇ ਦੂੰਗਾ ਇਹਦੇ ਵਿੱਚ ਤੂੰ ਪਤਾ ਕੋਈ ਗੱਲ ਸੁਣਾ ਫੜ ਕੇ ਪੈਸੇ ਤੇ ਜੋ ਸਰਦਾ ਬਣਦਾ ਬਸ ਇੰਨਾ ਸਿਸਟਮ ਹੀ ਰਿਐਕਸ਼ਨ ਦਿੱਤਾ ਪੈਸੇ ਵੀ ਦਿੱਤੇ ਮੰਮਾ ਨੂੰ ਰਾਜੂ ਦੇ ਰੱਖੜੀ ਵਾਲਾ ਵਲੋਗ ਰੱਖੜੀ ਤੇ ਦੇਖੋ ਬਸ ਹੁਣ ਇੰਨਾ ਨੀ ਕਰੀਦਾ ਹੁੰਦਾ ਹੁਣ ਹੈ ਹੀ ਨੀ ਗੇ ਜਿੰਨਾ ਰੱਬ ਦਿੱਤਾ ਜੇ ਇੰਨਾ ਵੀ ਨਾ ਦਿੰਦਾ ਤੇ ਕੀ ਕਰਦੇ ਸ਼ੁਕਰ ਮਨਾਇਆ ਕਰੋ ਸ਼ੁਕਰ ਕਿ ਤਾਂ 10 ਮਿਲਣ ਦੇ ਜੇ ਜਿੰਨਾ ਰੱਬ ਦਿੱਤਾ ਜੇ ਅਸੀਂ ਸਾਂਭਿਆ ਨਾ ਤਾਂ ਫੇਰ ਅਸੀਂ ਕੀ ਕਰਾਂਗੇ ਇਹ ਕਿੱਧਰ ਵੇ ਗੱਲ ਵਿੱਚ ਹੀ ਪਾਓ ਇਹ ਚੱਲ ਮੇਰਾ ਸੂਟ ਵਾ ਇੱਕੋ ਗੱਲ ਪਾਸੇ ਤੇਰਾ ਸੂਟ ਇੱਚ ਕਿੱਥੋਂ ਆ ਗਿਆ ਇੰਨਾ ਐਵੇਂ ਚਿੰਬੜ ਜਾਂਦੀ ਆ ਬੜੀ ਫੜੀ ਇਹ ਆਪਣਾ ਰਿਐਕਸ਼ਨ ਦੇ ਦੋ ਕਰੀ ਠੀਕ ਹੈ ਨਾ ਟੈਟੂ ਬਹੁਤ ਸੋਹਣਾ ਬਹੁਤ ਸੋਹਣਾ ਠੀਕ ਹੈ ਤੂੰ ਹੀ ਦੇ ਦੇ ਆਪਣਾ ਰਿਐਕਸ਼ਨ ਸਾਰਿਆਂ ਦੇ ਬਹੁਤ ਵਧੀਆ ਬਹੁਤ ਸੋਹਣਾ ਬਹੁਤ ਕੈਂਸੀ ਰਿਐਕਸ਼ਨ ਹੋ ਗਿਆ
ਬੀਬੀ ਰਿਐਕਸ਼ਨ ਦਿਖਾਉਣਾ ਬੀਬੀ ਟੈਟੂ ਠੀਕ ਆ ਠੀਕ ਆ ਸਾਰਿਆਂ ਦਾ ਰਿਐਕਸ਼ਨ ਲੈ ਰਿਹਾ ਸੋਹਣਾ ਲੱਗਦਾ ਆ ਵਿੱਚ ਤੁਹਾਡਾ ਨਾਮ ਆ ਪੁਰਾਣਾ ਵਾਲਾ ਠੀਕ ਆ ਆ ਨਾਲ 147 ਆ ਠੀਕ ਆ 147 ਬੰਦੂਕ ਇਹ ਤਾਂ ਕਰਕੇ ਭਾਜੀ ਮੈਨੂੰ ਪਸੰਦ ਬੰਦੂਕ ਆ ਵਾਲੀ ਬਾਹਰ ਜਾ ਕੇ ਲੈਣੀ ਆ ਇੰਡੀਆ 'ਚ ਲੈ ਨਹੀਂ ਸਕਦੇ ਬਾਹਰ ਜਾ ਕੇ ਲੈਣੀ ਆ ਅਤੇ ਇਹ ਵਿੱਚ ਡਾਲਰ ਬਣੇ ਹੋਏ ਆ ਠੀਕ ਆ ਆਹ ਅੱਗੇ ਚੋਰ ਗੈਂਗਸਟਰ ਆ ਆਹ ਬੰਦਾ ਜਿਹੜਾ ਚੋਰ ਆ ਠੀਕ ਆ ਚੋਰੀਆਂ ਕਰਦਾ ਤਾਂ ਉਹ ਥੱਲੇ ਕੁੜੀ ਆ ਅਤੇ ਮੁੰਡਾ ਉਹ ਚੋਰੀ ਕਰਕੇ ਦੌੜਨ ਡੇ ਉਹਦੇ ਪਿੱਛੇ ਪੁਲਿਸ ਲੱਗੀ ਆ ਠੀਕ ਆ ਹੋਰ ਕੀ ਪੂਰਾ ਕੰਸੈਪਟ ਤਿਆਰ ਕੀਤਾ ਵਾ ਠੀਕ ਆ ਕੁੜੀ ਮੁੰਡਾ ਆਹ ਦੇਖੋ ਬੈਗ ਲੈ ਕੇ ਨਾ ਪਿਸਤੌਲ ਫੜ ਕੇ ਦੌੜਨ ਡੇ ਪੁਲਿਸ ਤੋਂ ਬਚਣ ਡੇ ਦੇਖੋ ਦਿਖਣ ਡਿਆ ਆਹ ਮੁੰਡੇ ਨੇ ਬਾਂਹ ਫੜੀ ਹੋਈ ਕੁੜੀ ਦੀ ਦਿਖਣ ਡੀ ਹੈ ਨਾ ਕਿੱਥੇ ਫੜੀ ਬਾਂਹ ਭਲਾ ਹਾਂ ਬਾਂਹ ਫੜੀ ਹੈ ਉਹ ਮੁੰਡਾ ਦੌੜਨ ਡਿਆ ਅੱਗੇ ਉਹਨੂੰ ਲੈ ਕੇ ਚੱਲ ਭੱਜ ਠੀਕ ਹੈ ਆਹ ਇੱਥੇ ਮੈਂ ਤੁਹਾਡਾ ਸਾਰਿਆਂ ਦੇ ਸਾਈਨ ਕਰਾਉਣੇ ਇੱਧਰਲੀ ਬਾਂਹ ਦੇ ਠੀਕ ਹੈ ਤੁਹਾਡੇ ਮੰਮਾ ਪਾਪਾ ਸਾਰਿਆਂ ਦੇ ਸਾਈਨ ਕਰਾਉਣੇ ਇੱਧਰ ਠੀਕ ਹੈ ਆਹ ਵਾਲਾ ਟੈਟੂ ਵਧੀਆ ਲੱਗਾ ਇਹ ਹੈਗਾ ਵਾ ਇਹ ਵਾਰੀਅਰ ਲੜਾਈਆਂ ਕਰਦਾ ਹੈ ਵੀ ਠੀਕ ਹੈ ਜੰਗ ਦੇ ਮੈਦਾਨ ਚ ਲੜਦਾ ਵਾ ਸਪਾਟਨ ਕਹਿੰਦੇ ਇਹਨੂੰ ਗੋਰਿਆ ਦੀ ਭਾਸ਼ਾ ਠੀਕ ਹੈ ਵਧੀਆ ਲੱਗਾ ਨਾ ਤੁਹਾਨੂੰ ਸਾਰਾ ਰਿਐਕਸ਼ਨ ਦਿਖਾਤੇ ਆਪਾਂ ਠੀਕ ਹੈ ਲੋਹੇ ਇੱਕ ਨਾ ਮੁੰਡੇ ਦਾ ਮੈਨੂੰ DM ਆਇਆ ਠੀਕ ਹੈ ਪਹਿਲਾਂ ਮੈਸੇਜ ਸੀਗਾ ਕਿ ਵਲੌਗ ਪਾਓ ਯਾਰ ਠੀਕ ਹੈ ਅਤੇ ਫਿਰ ਭਾਜੀ ਹੁਣਾਂ ਦਾ ਨਾ ਇੱਕ ਗਾਣਾ ਆਇਆ ਤੁਹਾਨੂੰ ਬਹੁਤ ਪਸੰਦ ਉਹ ਮੈਂ ਪ੍ਰੋਫਾਈਲ ਨਹੀਂ ਦਿਖਾ ਸਕਦਾ ਪਤਾ ਨਹੀਂ ਭਾਜੀ ਹੁਣੀ ਸੈੱਟ ਹੋਏ ਆ ਫੁੱਲ ਕੀ ਰੱਜੇ ਹੋਏ ਆ ਜੋ ਉੱਦਾਂ ਹੀ ਸ਼ੌਂਕ ਪੂਰਾ ਕੀਤਾ ਵੈਸੇ ਲੱਗਦਾ ਨਹੀਂ ਪਤਾ ਨਹੀਂ ਜੇ ਲੱਗਾ ਜੇ ਮਜ਼ਾਕ ਤੌਰ ਤੇ ਉੱਦਾਂ ਭੇਜਿਆ ਵਾ ਚਲੋ ਦੇਖਿਓ ਸੁਣਿਓ ਮਾੜਾ ਸੁਣਿਓ ਗੌਰ ਕਰਿਓ ਗਾਣਾ ਕਿਹਦਾ ਉੱਦਾਂ ਆਪਣਾ ਉਹਦਾ ਮੁੰਡੇ ਵਿੱਕੀ ਦਾ ਸੁਣਿਓ ਮਾੜਾ ਮਿੱਠਾ ਕਿਵੇਂ ਸਭਾ ਹੋ ਚੁੱਕਾ ਖਾਂਦਾ ਚੋਪਰ ਚ ਨੀ ਚੋਪਰ ਖਾਂਦਾ ਚੀਨੀ ਉੱਤੋਂ ਪਾਣੀ ਪੀਂਦਾ ਖੁੱਲਾ ਨੀ ਨਰਮੀਨ ਮਨ ਕਰ ਦੇਣੀ ਮਾਰਦਾ ਨਰਮੀਨ ਦੰਡ ਪੂਰੀ ਆਣੇ ਵਾਇਆ ਸੈਂਤੀ ਮਿੰਟ ਦਾ ਹੋ ਗਿਆ ਵਾ ਸੀਗਾ ਤੇ ਤੁਸੀਂ ਸਾਰੇ ਜਾਣੇ ਵਲੌਗ ਨੂੰ ਦੇਖਿਆ ਤੇ ਤੁਹਾਨੂੰ ਵਧੀਆ ਲੱਗਾ ਹੋਊਗਾ ਤੁਸੀਂ ਹੱਸੇ ਹੋਗੇ ਤੇ ਕਮੈਂਟ ਕਰਿਆ ਕਰੋ ਵਧੀਆ ਵਧੀਆ ਜ਼ਿਆਦਾ ਸਾਰੇ ਕਮੈਂਟ ਕਰਦਿਆ ਕਰੋ ABC ਲਿਖਦਿਆ ਕਰੋ ਊੜਾ ਆੜੀ ਲਿਖਦਿਆ ਕਰੋ ਅਤੇ ਜ਼ਿਆਦਾ ਸਾਰੇ ਕਮੈਂਟ ਹੋ ਜਾਣਾ ਵੀਡੀਓ ਨੂੰ ਰੀਚ ਵਧੀਆ ਮਿਲ ਜਾਂਦੀ ਆ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ 300,000 ਆਪਣੇ ਹੋ ਜਾਣੇ ਹੋਰ ਥੋੜ੍ਹੇ ਚਿਰ ਦੇ ਵਿੱਚ ਸੋ ਮਿਲਦੇ ਹਾਂ ਨਵੇਂ ਵਲੌਗ 'ਚ ਬਾਏ ਬਾਏ ਟੇਕ ਕੇਅਰ ਰੱਖੜੀ ਵਾਲਾ ਵਲੌਗ ਹੀ ਆਊਗਾ ਸ਼ਾਇਦ ਅਤੇ ਕਿਉਂਕਿ 2-3 ਦਿਨ 'ਚ ਮੈਂ ਇੱਕ ਵਲੌਗ ਬਣਾਉਂਦਾ ਰੱਖੜੀ ਵਾਲਾ ਹੀ ਹੋਊਗਾ ਸ਼ਾਇਦ ਅਗਲਾ ਸੋ ਜੇ ਨਹੀਂ ਹੋਇਆ ਤਾਂ ਕੋਈ ਤਾਂ ਬਣਾਵਾਂਗੇ ਸੋ ਦੇਖੋ ਅਗਲਾ ਵਲੌਗ ਦੀ ਵੇਟ ਕਰੋ ਮਿਲਦੇ ਹਾਂ ਨਵੇਂ ਵਲੌਗ 'ਚ ਬਾਏ ਬਾਏ ਟੇਕ ਕੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ